ਉੱਥੇ ਰਜਿੰਦਰਾ ਹਸਪਤਾਲ ਦੇ ਵਿੱਚ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ। ਲੈਬ ਟੈਕਨੀਸ਼ੀਅਨ 'ਤੇ ਇਲਜ਼ਾਮ ਲੱਗੇ ਨੇ। ਕਾਰਵਾਈ ਨੂੰ ਲੈ ਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਭੇਜੀ ਗਈ ਹੈ। ਇੱਕ ਪਾਸੇ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ, ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਇਹ ਜੋ ਮਾਮਲਾ ਹੁਣ ਸਾਹਮਣੇ ਆ ਗਿਆ, ਇਸ ਕਾਰਨ ਹੋ ਸਕਦਾ ਹੈ ਕਿ ਹੁਣ ਡਾਕਟਰਾਂ ਵੱਲੋਂ ਇਸ ਨੂੰ ਲੈ ਕੇ ਵੀ ਇਹ ਜੋ ਮੁੱਦਾ ਅੱਜ ਮੀਟਿੰਗ ਦੇ ਵਿੱਚ ਚੁੱਕਿਆ ਜਾਵੇ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਹੈ। ਲੈਬ ਟੈਕਨੀਸ਼ੀਅਨ 'ਤੇ ਇਲਜ਼ਾਮ ਲੱਗੇ ਨੇ ਰਜਿੰਦਰਾ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਦੇ। 11 ਵਜੇ ਕੰਪਲੇਂਟ ਮਿਲੀ ਸੀ ਸੈਨੀ ਡਿਪਾਰਟਮੈਂਟ ਦੇ ਜੂਨੀਅਰ ਰੈਜ਼ੀਡੈਂਟ ਨੂੰ, ਉਹਨਾਂ ਵੱਲੋਂ ਕਿਸੇ ਸਾਡੇ ਹਸਪੀਟਲ ਦੇ ਕਿਸੇ ਟੈਕਨੀਸ਼ੀਅਨ ਨੇ ਨਾਲ ਗਲਤ ਹਰਕਤ ਕੀਤੀ ਹੈ, ਜਿਸ 'ਤੇ ਅਸੀਂ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਰਾਤ ਨੂੰ ਪਹੁੰਚੀ ਉਹਨਾਂ ਕੋਲ। ਉਸ ਤੋਂ ਬਾਅਦ ਅਸੀਂ ਰਾਤ ਨੂੰ ਹੀ ਕਾਲਜ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰ ਦਿੱਤਾ ਸੀ ਇਹ ਘਟਨਾ ਜੋ ਹੋਈ ਹੈ, ਇਸ 'ਤੇ ਜਲਦੀ ਤੋਂ ਜਲਦੀ ਅਪਰੋਪਰੀਏਟ ਐਕਸ਼ਨ ਨੂੰ ਲੈਣਾ ਚਾਹੀਦਾ। ਇਹ ਗਾਇਨੀਕੋਲੋਜੀ ਡਿਪਾਰਟਮੈਂਟ ਹੈ ਜੀ, ਬੱਚਾ ਬੱਚਾ ਲੇਬਰ ਰੂਮ ਦੇ ਅੰਦਰ ਦੀ ਘਟਨਾ। ਮਾਮਲਾ ਤਾਂ ਹਾਲੇ ਤਾਂ ਇਨਕੁਆਇਰੀ ਹੋਏਗੀ, ਉੱਥੋਂ ਪਤਾ ਲੱਗੇਗਾ, ਦੋਨਾਂ ਪੱਖਾਂ ਦੇ ਬਿਆਨ ਹੋਣਗੇ। ਉਸ ਤੋਂ ਬਾਅਦ ਸਾਰੀ ਅਸਲੀਅਤ ਕੀ ਹੈ ਉਹ ਇਨਕੁਆਇਰੀ ਦੀ ਜਿਹੜੀ ਰਿਪੋਰਟ ਉਸ ਤੋਂ ਹੀ ਸਾਹਮਣੇ। ਨਹੀਂ, ਉਸ ਜਗ੍ਹਾ 'ਤੇ ਕੋਈ CCTV ਨਹੀਂ ਹੈ ਵਾਰਡਸ ਦੇ ਅੰਦਰ, ਜੇ CCTV ਹੁਣ ਤੱਕ ਆ ਜਾਂਦੇ। ਹਾਂ, ਹੋਰ ਵੀ ਮੌਕੇ 'ਤੇ ਮੌਜੂਦ ਸੀ, ਉਹਨਾਂ ਦੇ ਸਾਰਿਆਂ ਦੇ ਸਾਈਨ ਹੈ ਜਿਹੜੀ ਵਰਜੀ ਉਹਦੇ ਵਿੱਚ। ਅਸੀਂ ਆਪਣੇ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਲਿਖਤਾ ਸੀ ਕਿ ਇਹਦਾ ਟਾਈਮਲੀ ਮਿਲਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਅਨਸਰ ਜਿਹੜੇ ਨੇ ਉਹਨਾਂ ਨੂੰ ਜੇ ਅਸੀਂ ਹੌਸਲਾ ਦੇਵਾਂਗੇ, ਐਕਸ਼ਨ ਨਹੀਂ ਲਵਾਂਗੇ, ਤਾਂ ਉਹ ਅੱਗੇ ਜਾ ਕੇ ਫਿਰ ਹੋਰ ਵੱਡੇ ਜਿਹੜੇ ਗੁਨਾਹ ਉਹ ਇਹੀ ਲੋਕ ਕਰਦੇ। ਜ਼ਿਆਦਾ ਜਾਣਕਾਰੀ ਦੇਣ ਲਈ ਕਰਨਵੀਰ ਜੁੜ ਗਏ ਨੇ ਇਸ ਵਕਤ ਸਾਡੇ ਨਾਲ। ਕਰਨਵੀਰ, ਇੱਕ ਪਾਸੇ ਡਾਕਟਰਾਂ ਦੀ ਹੜਤਾਲ, ਸੁਰੱਖਿਆ ਦੀ ਮੰਗ, ਦੂਜੇ ਪਾਸੇ ਰਜਿੰਦਰਾ ਹਸਪਤਾਲ ਜੋ ਬੇਹੱਦ ਹੀ ਫੇਮਸ ਹਸਪਤਾਲ ਹੈ ਪੂਰੇ ਪੰਜਾਬ ਦਾ, ਉੱਥੇ ਮਹਿਲਾ ਡਾਕਟਰ ਨਾਲ ਛੇੜਛਾੜ। ਜੀ ਜੀ, ਦੱਸ ਦਈਏ ਕਿ ਲਗਾਤਾਰ ਡਾਕਟਰਾਂ ਦੇ ਉੱਪਰ, ਹਮਲਿਆਂ ਦੇ ਉੱਪਰ ਜਾਂ ਕੋਈ ਵੀਡੀਓ ਵਾਇਰਲ ਹੁੰਦੀਆਂ ਨੇ, ਜਿਵੇਂ ਵੀਰਪੁਰ ਦੇ ਵਿੱਚ ਇੱਕ ਵਾਇਰਲ ਹੋਈ ਸੀ, ਇੱਕ ਲੇਡੀ ਡਾਕਟਰ ਸੀਗੀ ਜਿਸ ਦੇ ਉੱਪਰ ਜਦੋਂ ਚੋਰ ਆਏ ਸੀ ਉਹਨਾਂ ਨੂੰ ਧੱਕਾ ਮੁੱਕੀ ਕੀਤੀ ਜੀ, ਤਾਂ ਅਜਿਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਤਾਂ ਜਦੋਂ ਕਲਕੱਤਾ ਦੇ ਵਿੱਚ ਇੱਕ ਡਾਕਟਰ ਦੇ ਨਾਲ ਰੇਪ ਹੁੰਦਾ ਹੈ, ਤਾਂ ਇਹ ਮਾਮਲੇ ਉਸ ਤੋਂ ਬਾਅਦ ਜ਼ਿਆਦਾ ਉਜਾਗਰ ਹੋਣੇ ਸ਼ੁਰੂ ਹੋ ਗਏ ਨੇ। ਤਾਂ ਦੱਸ ਦਈਏ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਲੇਡੀ ਡਾਕਟਰ ਵੱਲੋਂ ਜਿਹੜਾ ਹੈਗਾ ਲੇਬਰ ਰੂਮ ਦੇ ਵਿੱਚ ਜਿਹੜੀ ਡਿਊਟੀ ਕਰ ਰਹੀ ਸੀ, ਉਸਨੇ EPG ਦਾ ਇੱਕ ਟੈਕਨੀਸ਼ੀਅਨ ਦੱਸਿਆ ਜਾ ਰਿਹਾ, ਉੱਥੇ ਇੱਕ ਵਿਅਕਤੀ ਹੈ ਜਿਹੜਾ ਉਸਦੇ ਵੱਲੋਂ ਗਲਤ ਤਰੀਕੇ ਦੇ ਨਾਲ ਉਸਦੇ ਨਾਲ ਛੇੜਛਾੜ ਕੀਤੀ ਗਈ ਆ, ਜਿਸਦਾ ਮਾਮਲਾ ਇੰਨਾ ਗਰਮਾ ਗਿਆ ਕਿ ਡਾਕਟਰ ਤਾਂ ਪਹਿਲਾਂ ਹੀ ਸਟ੍ਰਾਈਕ 'ਤੇ ਬੈਠੇ ਸਨ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਕੰਪਲੇਂਟ ਹੈਗੀ ਆ ਪ੍ਰਿੰਸੀਪਲ ਨੂੰ ਔਰ ਉੱਥੋਂ ਦੇ ਜਿਹੜੇ ਡਾਕਟਰ ਦੇ ਹੈੱਡ ਨੇ ਉਹਨਾਂ ਨੂੰ ਵੀ ਦਿੱਤੀ ਹੈਗੀ, ਤੇ ਉਹਨਾਂ ਵੱਲੋਂ ਜਿਹੜੀ ਕਾਰਵਾਈ ਕਰਨ ਦੇ ਜਿਹੜੇ ਆਦੇਸ਼ ਜ਼ਰੂਰ ਦਿੱਤੇ ਗਏ ਨੇ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ। ਔਰ ਡਾਕਟਰਾਂ ਦਾ ਇਹ ਕਹਿਣਾ ਕਿ ਜੇਕਰ ਕਾਰਵਾਈਆਂ ਨਹੀਂ ਹੁੰਦੀਆਂ ਹੈਗੀਆਂ ਤਾਂ ਇਹ ਸਟ੍ਰਾਈਕਾਂ ਵਧਾ ਕੇ ਇਸਨੂੰ ਵੱਡੇ ਲੈਵਲ 'ਤੇ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜੀ ਕਰਨ, ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇਣ ਦੇ ਲਈ। ਤਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜੂਨੀਅਰ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਅਤੇ ਲੈਬ ਟੈਕਨੀਸ਼ੀਅਨ 'ਤੇ ਇਹ ਇਲਜ਼ਾਮ ਲੱਗੇ ਨੇ। ਲੈਬ ਟੈਕਨੀਸ਼ੀਅਨ 'ਤੇ ਇਲਜ਼ਾਮ ਲੱਗ ਰਹੇ ਨੇ ਸਿੱਧੇ ਤੌਰ 'ਤੇ ਕਿ ਲੈਬ ਟੈਕਨੀਸ਼ੀਅਨ ਨੇ ਛੇੜਛਾੜ ਕੀਤੀ। ਅਤੇ ਉੱਥੇ ਹੀ ਇਹ ਦੱਸ ਦਈਏ ਕਿ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਜੋ ਹੈ ਕੀਤੀ ਜਾਂਦੀ ਹੈ।